संयुक्त किसान मोर्चे वालों किसान जथेबंदियों नूं हलका विधायकां नूं मंग पत्र देण दे दित्ते गए सद्दे ते भारतीय किसान यूनियन सर्कल दुआबा वालों भी किसानां दीआं वखतीआं मंगां नूं लै के हलका विधायक फगवाड़ा बलविंदर सिंह धालीवाल दी रिहायश अगे धरना दित्ता गया। धरने नूं संबोधन करदिआं किसान आगूआं ने कहा कि किसानां ने जो तिखे संघर्ष तों बाद खेती कानून वापस करवाए हन, केंद्र सरकार वालों उन्हां च बदलाव कीता जा रिहा है। पंजाब दी नवीं सरकार वालों झोने दी बिजाई लई तारीख तय करन समें किसानां नूं पुछणा चाहीदा सी। सरकार ने बिना किसानां नूं पुछे झोने दी बिजाई दी तारीख 28 जून तय कर दित्ती है, परंतु किसानां वालों झोना 10 जून तों ही लगाया जावेगा। धरने नूं देखते हुए हलका विधायक फगवाड़ा धरनाकारियां दे कोल आया ते समूह धरनाकारियां ने एक मंग पत्र विधायक धालीवाल नूं दित्तिआं। केंद्र ते पंजाब सरकार पासों किसानां दीआं पक्ख दे मसलिआं दा हल करन दी मंग कीती। विधायक बलविंदर सिंह धालीवाल ने कहा कि संयुक्त किसान मोर्चे दे सद्दे ते पंजाब भर विच किसानां वल्लों केंद्र सरकार ते पंजाब सरकार दे नां ते हलका विधायकां नूं मंग पत्र दित्ते गए हन। उन्हां कहा कि कांग्रेस पार्टी ਅਤੇ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਕਿਸਾਨਾਂ ਨੇ ਜੋ ਮੰਗ ਪੱਤਰ ਉਹਨਾਂ ਨੂੰ ਦਿੱਤਾ ਹੈ ਉਹ ਪੰਜਾਬ ਸਰਕਾਰ ਜਾਂ ਮੁੱਖ ਸਕੱਤਰ ਤੱਕ ਪਹੁੰਚਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਸਕੀਮਾਂ ਬਣਾਈਆਂ ਜਾਣ ਜਿਨ੍ਹਾਂ ਨਾਲ ਮੁਸ਼ਕਿਲ ਸਮੇਂ ਕਿਸਾਨਾਂ ਦੀ ਬਾਂਹ ਫੜੀ ਜਾ ਸਕੇ ਅਤੇ ਕੋਈ ਵੀ ਫੈਸਲਾ ਕਿਸਾਨ ਜਥੇਬੰਦੀਆਂ ਨੂੰ ਨਾਲ ਬਿਠਾ ਕੇ ਹੀ ਕੀਤਾ ਜਾਵੇ। ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਸੁਖ ਕਿਸਾਨ ਮੋਰਚੇ ਵੱਲੋਂ ਜਿਹੜਾ ਹੈਗਾ ਸਾਰੇ ਪੰਜਾਬ ਵਿੱਚ ਸਾਰੇ MLAs ਨੂੰ ਜਿੰਨੇ ਵੀ ਕਿਸਾਨਾਂ ਸੰਬੰਧੀ ਜਿਹੜੇ ਮਸਲੇ ਹੈਗੇ ਆ ਉਹਨਾਂ ਨੂੰ ਜਿਹੜਾ ਇਸ ਨੂੰ ਰੇਜ਼ ਕੀਤੇ ਗਏ ਨੇ ਤਾਂ ਜੋ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਅਤੇ ਪੰਜਾਬ ਸਰਕਾਰ ਨੂੰ ਜਿਹੜਾ ਇਹਦੇ ਬਾਰੇ ਉਹਨੂੰ ਜਾਗਰੂਕ ਕੀਤਾ ਜਾ ਸਕੇ। ਕਿਸਾਨ ਭਰਾਵਾਂ ਵੱਲੋਂ ਦੁਬਾਰਾ ਜਿਹੜੀ ਇਹ ਮੰਗ ਉਠਾਈ ਗਈ ਹੈਗੀ ਹੈ ਕਿ ਇੱਕ ਤਾਂ ਜਿੰਨਾ ਵੀ ਜਿਹੜਾ ਨੁਕਸਾਨ ਹੋਇਆ ਜਿਵੇਂ ਆਪਾਂ ਦੇਖਦੇ ਕਿ ਇਸ ਵਾਰੀ ਮੌਸਮ ਦੀ ਖਰਾਬੀ ਕਰਕੇ ਜਿਹੜਾ ਹੈਗਾ ਉਹ ਝੋਨੇ ਦਾ ਜਿਹੜਾ ਕਣਕ ਦਾ ਝਾੜ ਜਿਹੜਾ ਤਕਰੀਬਨ ਮੇਰੇ ਕੋਲ 5 ਤੋਂ 8 ਕੁਇੰਟਲ ਜਾਂ 10 ਕੁਇੰਟਲ ਤੱਕ ਜਿਹੜਾ ਹੈਗਾ 50 ਤੋਂ ਉਹ ਸਾਰਾ ਹੀ ਘਟਿਆ ਹੈਗਾ ਕਿਉਂਕਿ ਮੰਡੀਆਂ 'ਚ ਇਸ ਵਾਰੀ ਜਦੋਂ ਮੰਡੀਆਂ ਜਾਣ ਦਾ ਮੌਕਾ ਮਿਲਿਆ ਤਾਂ ਉਦੋਂ ਪਤਾ ਲੱਗਦਾ ਸੀਗਾ। ਮੇਰੇ ਖਿਆਲ ਇੱਕ ਤਾਂ ਇਹ ਸਮਾਂ ਆਇਆ ਇੰਨਾ ਮਾੜੀ ਮਾਰ ਪਈ ਹੈਗੀ ਕਿ ਲੋਕਾਂ ਦੇ ਖਰਚੇ ਵੀ ਪੂਰੇ ਨਹੀਂ ਹੋਏ ਜੇ ਇਸ ਕਰਕੇ ਇਹਨਾਂ ਦੇ ਬਾਕੀ ਹੋਰ ਜਿਹੜੀ ਜਿਸ ਤਰ੍ਹਾਂ ਕਿ ਇਹਨਾਂ ਨੇ ਕੀਤਾ ਹੈਗਾ ਕਿ ਸਿੱਧੀ ਬਿਜਾਈ ਦਾ ਜਿਹੜਾ ਝੋਨੇ ਦੀ ਮੇਰੇ ਖਿਆਲ ਉਹ ਵੀ ਕਿਸਾਨਾਂ ਨੇ ਸਾਰਿਆਂ ਨੇ ਉਹਨੂੰ ਸੈੱਟ ਕੀਤਾ ਹੈਗਾ। ਸਾਰੇ ਹੀ ਜਿਹੜੇ ਇਹਨਾਂ ਨੇ ਪੜਾਅਦਾਰ ਬਣੇ ਪਹਿਲਾਂ ਮਾਲਵੇ 'ਚ ਬੀਜਣਾ ਹੈਗਾ, ਫਿਰ ਦੁਆਬੇ 'ਚ ਬੀਜਣਾ, ਫਿਰ ਮਾਝੇ ਵੱਲ ਜਾਣਾ ਹੈਗਾ। ਤਾਂ ਉਹ ਵੀ ਜਿਹੜਾ ਹੈਗਾ ਇੰਨਾ ਸਿਸਟਮ ਚੱਲਣਾ ਨਹੀਂ ਹੈਗਾ ਕਿਉਂਕਿ ਉਹ ਜਾਂ ਤਾਂ ਸਾਰੇ ਪਹਿਲਾਂ ਕਿਸਾਨ ਜਥੇਬੰਦੀ ਜਾਂ ਸੰਯੁਕਤ ਕਿਸਾਨ ਮੋਰਚੇ ਨੂੰ ਸਾਰਿਆਂ ਨੂੰ ਕੁਰਸੇ 'ਚ ਲੈ ਕੇ ਗੌਰਮੈਂਟ ਜਿਹੜਾ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਰਦੀ। ਪਰ ਇਹਦੇ ਵਿੱਚ ਕਿਉਂਕਿ ਸਾਰੇ ਆਪਾਂ ਜਾਣਦੇ ਹੈਗੇ ਕਿ ਝੋਨੇ ਦੀ ਬਿਜਾਈ ਜਿਹੜੀ ਹੈਗੀ ਆ ਤਕਰੀਬਨ ਹਰ ਸਾਲ ਜਿਹੜੀ ਹੈਗੀ ਆ ਉਹ 10 ਜੂਨ ਤੋਂ ਚੱਲਦੀ ਰਹੀ ਹੈ, 10 ਜੂਨ ਤੋਂ ਚੱਲਦੀ ਰਹੇਗੀ। ਅਤੇ ਇਸ ਵਾਰੀ ਸਰਕਾਰ ਜਿਹੜੀ 18 ਤੋਂ ਲੈ ਕੇ ਜਿਹੜਾ ਪੂਰਾ 24 ਜੂਨ ਦਾ ਮੇਰੇ ਖਿਆਲ ਕਾਫੀ ਚੱਲ ਪੜਾ ਰੱਖੇ 28 ਜੂਨ ਤੱਕ ਲੈ ਕੇ ਗਈ ਹੈਗੀ ਜੋ ਕਿ ਪੋਸੀਬਲ ਨਹੀਂ ਹੈਗੀ ਕਿਉਂਕਿ ਜਿੰਨਾ ਝੋਨਾ ਲੇਟ ਵੀ ਬੀਜਾਂਗੇ ਤਾਂ ਗਾਹਾਂ ਕਣਕ ਦੀ ਵੀ ਹੋਣੀ, ਕਣਕ ਦੀ ਗਾਹ ਕੇ ਫਿਰ ਉਦੋਂ ਗਾਹਾਂ ਸਾਰਾ ਲੇਟ ਜਾਣਾ ਹੈਗਾ। ਇਸ ਕਰਕੇ ਜਿੰਨੇ ਵੀ ਇਹਦੇ ਵਿੱਚ ਹੋਰ ਵੀ ਮਸਲੇ ਜਿੰਨੇ ਰੇਜ਼ ਕੀਤੇ ਗਏ ਨੇ, ਮੈਂ ਬਿਜਲੀ ਦਾ ਵੀ ਹੈਗਾ ਕਿਉਂਕਿ ਬਿਜਲੀ ਦਾ ਵੀ ਹੈਗਾ ਪਿਛਲੇ ਆਪਾਂ ਸਾਰੇ ਜਾਣਦੇ ਗਏ ਕਿ ਆਹ ਹਫ਼ਤਾ ਬਿਸ਼ਕ ਬਿਜਲੀ ਦੀ ਡਿਮਾਂਡ ਘਟੀ ਹੈਗੀ। ਜਿਹੜਾ ਪਿਛਲਾ ਹਫ਼ਤਾ ਸੀਗਾ ਉਹ ਪਿੰਡਾਂ ਵਿੱਚ ਖੇਤਾਂ ਦੇ ਨਾਲ ਨਾਲ ਜਿਹੜਾ ਪਿੰਡਾਂ ਵਿੱਚ ਘਰਾਂ ਨੂੰ ਜਿਹੜੀ ਬਿਜਲੀ ਦੀ ਸਪਲਾਈ ਸੀ ਉਹ ਵੀ ਬੜੀ ਪ੍ਰਭਾਵਿਤ ਹੋਈ ਸੀਗੀ। ਬਾਕੀ ਵੀ ਜਿਹੜੇ ਮਸਲੇ ਹੈਗੇ ਉਹਦੇ ਵਿੱਚ ਮੈਂ ਆਪਣੇ ਵੱਲੋਂ ਸਾਨੀ ਸਾਹਿਬ ਕੁਲਵਿੰਦਰ ਜੀ ਅਤੇ ਬਾਕੀ ਸਾਰੇ ਸਾਥੀਆਂ ਨੂੰ ਵਿਸ਼ਵਾਸ ਦਿੰਦਾ ਕਿ ਅਸੀਂ ਲੋਕਲ ਲੈਵਲ 'ਤੇ ਮੈਂ ਜਾਤੀ ਤੌਰ 'ਤੇ ਬਾਕੀ ਸਾਡੀ ਪਾਰਟੀ ਜਿਹੜੀ ਹੈਗੀ ਆ ਹਰ ਸਮੇਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈਗੀ ਆ। ਜਿੱਥੇ ਵੀ ਤੁਸੀਂ ਸਾਨੂੰ ਕਹੋਗੇ ਤੁਹਾਡੀ ਕਾਲ 'ਤੇ ਤੁਹਾਡੀ ਸਪੋਰਟ ਵਾਸਤੇ ਤਾਂ ਜ਼ਰੂਰ ਹਾਜ਼ਰ ਆਵਾਂਗੇ ਤਾਂ ਜੋ ਪਹਿਲਾਂ ਵੀ ਜਦੋਂ ਪਿਛਲੇ ਵੀ ਮੋਰਚਾ ਚੱਲਦਾ ਰਿਹਾ ਹੈਗਾ 1.5-2 ਸਾਲ ਦੇ ਵਿੱਚ ਤਾਂ ਅਸੀਂ ਸਾਰਿਆਂ ਨੇ ਉਦੋਂ ਰਲ ਮਿਲ ਕੇ ਆਪਾਂ ਸਾਰਿਆਂ ਨੇ ਉਦੋਂ ਕੋਸ਼ਿਸ਼ ਕੀਤੀ ਕਿ ਆਪਾਂ ਜਿਹੜੀ ਆਪਣੀ ਆਵਾਜ਼ ਜਿਹੜੀ ਬੁਲੰਦ ਕਰੀਏ। ਤਾਂ ਇਸ ਕਰਕੇ ਮੈਂ ਵਿਸ਼ਵਾਸ ਦਿੰਦਾ ਕਿ ਜਿੱਥੇ ਵੀ ਤੁਸੀਂ ਕਹੋਗੇ ਇਹ ਤਾਂ ਜਿਹੜੇ ਗਵਰਨਮੈਂਟ ਭੇਜਦਾ, ਕਿਉਂਕਿ ਅਸਲ ਪ੍ਰੋਸੀਜਰ ਇਹ ਹੁੰਦਾ ਕਿ ਅਸੀਂ ਇਹਨੂੰ ਗਵਰਨਮੈਂਟ ਨੂੰ ਭੇਜਣਾ ਹੈਗਾ, ਮੈਂ ਵੀ ਇਹਨੂੰ ਗਵਰਨਮੈਂਟ ਨੂੰ ਭੇਜੂੰਗਾ, ਗਵਰਨਮੈਂਟ ਨੂੰ ਭੇਜ ਕੇ ਜਾਂ ਚੀਫ ਸੈਕਟਰੀ ਸਾਹਿਬ ਨੂੰ ਭੇਜਾਂਗੇ, ਚੀਫ ਸੈਕਟਰੀ ਨੂੰ ਭੇਜ ਕੇ ਤਾਂ ਜੋ ਜਿਹੜੀਆਂ ਇਹ ਮੰਗਾਂ ਹੈਗੀਆਂ ਜਾਇਜ਼ ਜਿਹੜੀਆਂ ਮੰਗਾਂ ਹੈਗੀਆਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਉਹ ਜਿਹੜੀਆਂ ਸਰਕਾਰ ਦੇ ਲੈਵਲ 'ਤੇ ਧਿਆਨ ਵਿੱਚ ਕਰਕੇ ਉੱਥੇ ਕੋਈ ਨਾ ਕੋਈ ਫੈਸਲਾ ਕੀਤਾ ਜਾਵੇ।